ਅੰਮ੍ਰਿਤਸਰ ਵਿਖੇ ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਇੰਟਕ ਦੇ ਪ੍ਰਧਾਨ ਦਿਨੇਸ਼ ਸੁੰਦਰ ਰਿਆਲ ਨੂੰ ਛੇਹਰਟਾ ਵਿਖੇ ਪੁੱਜਣ ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਦਾ ਸਵਾਗਤ ਨੈਸ਼ਨਲ ਯੂਥ ਪ੍ਰਧਾਨ ਇੰਟਕ ਫਰਿੰਦਰ ਫੁੱਲ ਵੱਲੋਂ ਸੈਂਕੜਾ ਵਰਕਰਾਂ ਸਮੇਤ ਕੀਤਾ ਗਿਆ। ਇਸ ਮੌਕੇ ਇੰਟਕ ਦੇ ਰਾਸ਼ਟਰੀ ਪ੍ਰਧਾਨ ਦਿਨੇਸ਼ ਸੁੰਦਰ ਰਿਆਲ ਨੇ ਛੇਹਰਟਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਟਕ ਵੱਲੋਂ ਪੰਜਾਬ ਵਿਚ ਮਿਸ਼ਨ 2019 ਦੀਆਂ ਚੋਣਾਂ ਨੂੰ ਲੈ ਕੇ ਆਗਾਜ਼ ਕੀਤਾ ਗਿਆ। ਇਸ ਮੌਕੇ ਨੈਸ਼ਨਲ ਯੂਥ ਪ੍ਰਧਾਨ ਇੰਟਕ ਵਰਿੰਦਰ ਫੁੱਲ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਦਿਨੇਸ਼ ਸੁੰਦਰ ਰਿਆਲ ਵੱਲੋਂ ਲਗਾਈ ਜਾਵੇਗੀ, ਇੰਟਕ ਉਸ ਵਿਚ ਆਪਣਾ ਅਹਿਮ ਰੋਲ ਨਿਭਾਵੇਗੀ ਤੇ ਭਾਜਪਾ ਦਾ ਦੇਸ਼ ਭਰ ਚ ਸਫਾਇਆ ਕੀਤਾ ਜਾਵੇਗਾ। ਦੂਰ ਕਾਂਗਰਸ ਕੇ ਯੁਵਾਓ ਕੀ, ਇੰਟਕ ਕੀ, ਮਹਿਲਾਓ ਕੀ, ਬਹਿਨੋ ਭਾਈਓ ਕੀ, ਤਮਾਮ ਹਮ ਲੋਕ ਦੋ ਮਹੀਨੇ ਤੱਕ ਦੇਸ਼ ਕੇ ਪ੍ਰਤੇਕ ਜ਼ਿਲ੍ਹੇ ਮੇ ਜਾਏਂਗੇ ਔਰ ਕਿਸਾਨੋਂ ਕੋ ਮਜ਼ਦੂਰੋਂ ਕੋ ਜਾਗਰੂਕ ਕਰਾਂਗੇ। ਉਹਨਾਂ ਦਾ ਸਵਾਗਤ ਕਰਨ ਵਾਸਤੇ ਸਾਡੀ ਜਿਹੜੀ ਨੈਸ਼ਨਲ ਦੀ ਸਾਰੀ ਟੀਮ ਹੈ ਉੱਥੇ ਪਹੁੰਚੀ ਸੀ, ਇੰਟਕ ਦੀ ਸਾਰੀ ਟੀਮ ਉੱਥੇ ਪਹੁੰਚੀ ਸੀ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਅੱਜ ਆ ਕੇ ਇੱਥੇ ਇੰਟਕ ਦੇ ਯੂਥ ਦੇ ਦਫ਼ਤਰ ਅੱਜ ਆਪਣੇ ਚਰਨ ਕਮਲ ਪਾਏ ਨੇ। ਮੇਨ ਸਾਡਾ ਮਕਸਦ ਇਹ ਹੈ ਕਿ ਅੱਜ ਅਸੀਂ ਹਿੰਦੁਸਤਾਨ ਦੇ ਵਿੱਚ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ। ਅਸੀਂ ਮੋਦੀ ਦੇ ਉਲਟ 2019 ਦਾ ਮਿਸ਼ਨ ਅੱਜ ਸਟਾਰਟ ਕਰ ਦਿੱਤਾ, ਉਹ ਵੀ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਤੋਂ, ਔਰ ਇਹ ਮਿਸ਼ਨ ਹਿੰਦੁਸਤਾਨ ਦੀ ਹਰ ਸਟੇਟ ਦੇ ਵਿੱਚ ਜਾਏਗਾ ਔਰ ਘਰ ਘਰ ਦੇ ਵਿੱਚੋਂ ਇੰਟਕ ਇਹ ਆਵਾਜ਼ ਉਠਾਏਗੀ ਕਿ ਆਉਣ ਮੋਦੀ ਨੂੰ ਭਜਾਓ ਤੇ ਕਾਂਗਰਸ ਨੂੰ ਲਿਆਓ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।